there are no serious solution or especially RG association, Rice Service association, Kirana association. ਸਾਰਾ ਨੇ ਸਹਿਯੋਗ ਕਰਕੇ ਅੱਜ ਦਾ ਇਹ ਸਮਾਗਮ ਮੈਡੀਕਲ ਚੈੱਕਅਪ ਕਰ ਜਿਹੜਾ ਕਿ ਮਤਲਬ ਜੋ ਤਾਈ ਬੈਂਕ ਸੋਸਾਇਟੀ ਤੋਂ ਡਾਕਟਰ ਵੀ ਐਸ ਮਜ਼ਦੂਰਾਂ ਵਾਲੀ ਜੀ ਟੀਮ ਦੇ ਨਾਲ ਸ਼ੁਰੂ ਕੀਤਾ ਗਿਆ ਇਹਦੇ ਵਿੱਚ ਸਾਰਾ ਦਾ ਆਈ ਦਾ ਚੈੱਕਅਪ ਹੋਊਗਾ ਉਸ ਤੋਂ ਬਿਨਾਂ ਦੂਸਰੇ ਡਾਕਟਰ ਮੈਡੀਕਲ ਚੈੱਕਅਪ ਵਾਸਤੇ ਆਏ ਹੋਏ ਜਿਹਨਾਂ ਨੂੰ ਬਿਮਾਰੀਆਂ ਨੂੰ ਲੋਕਾਂ ਦਾ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਜਾਣਗੀਆਂ ਆਪਰੇਸ਼ਨ ਵਾਸਤੇ ਪੇਸ਼ੈਂਟ ਨੂੰ ਸੈਂਡ ਕੀਤਾ ਜਾਊਗਾ ਅਤੇ ਆਪਰੇਸ਼ਨ ਡਾਕਟਰ ਵੀ ਐਸ ਮਜ਼ਦੂਰਾਂ ਦੇ ਹਸਪਿਟਲ ਲੁਧਿਆਣਾ ਵਿੱਚ ਹੀ ਕੀਤੇ ਜਾਣਗੇ ਅਤੇ ਉਹਨਾਂ ਦੀ ਵੀ ਬੱਸ ਦੁਆ ਚੱਕੇ ਜਾਊਗੀ ਪੇਸ਼ੈਂਟ ਨੂੰ ਇੱਥੇ ਛੱਡ ਕੇ ਲਿਆ ਜਾਊਗਾ ਅਤੇ ਲੈਂਸ ਪੈਣੇ ਨੇ ਉਹ ਵੀ ਪਾਏ ਜਾਣਗੇ ਐਨਕਾਂ ਇੱਥੇ ਦਿੱਤੀਆਂ ਜਾਂਦੀਆਂ ਅਤੇ ਉਸ ਤੋਂ ਬਿਨਾਂ ਦਵਾਈਆਂ ਵੀ ਇੱਥੋਂ ਦਿੱਤੀਆਂ ਜਾਣਗੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਸੋਸੀਏਸ਼ਨ ਦਾ ਅਤੇ ਸਾਰੇ ਜਿਹਨੇ ਨੇ ਵੀ ਆਪਣਾ ਯੋਗਦਾਨ ਪਾਇਆ ਔਰ ਬਾਹਰੋਂ ਜਿਹੜੇ ਵੀ ਟੀਮ ਆਈ ਹੈ ਅਤੇ ਇੱਥੋਂ ਦੇ ਨਾਲ ਸੱਜਣ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਲਗਾ ਲਿਆ ਉਹ ਸਾਰਿਆਂ ਦਾ ਬਹੁਤ ਧੰਨਵਾਦ ਕਰਿਆ ਉਹਨਾਂ ਕੋਲੇ ਵੀ ਬਹੁਤ ਵੱਡਾ
ਗਿਆਨ ਦਾ ਤਜਰਬਾ ਹੈ। ਜਿਹੜੀਆਂ ਗੱਲਾਂ ਇੱਥੇ ਤੁਹਾਡੇ ਨਾਲ ਸਾਂਝਾ ਕੀਤੀਆਂ ਜਾਣਗੀਆਂ ਸਟੇਜ ਤੋਂ, ਉਹ ਤੁਹਾਨੂੰ ਕਿਤੇ ਅਖਬਾਰਾਂ ਜਾਂ ਸਾਡੇ ਦੇ ਵਿੱਚ ਨਹੀਂ ਮਿਲਦੀਆਂ। ਉਹਨਾਂ ਗੱਲਾਂ ਦੀ, ਉਹਨਾਂ ਵਿਚਾਰਾਂ ਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਅਹਿਮੀਅਤ ਹੋਏਗੀ। ਜੇ ਤੁਸੀਂ ਉਹਨਾਂ ਬੁਲਾਰਿਆਂ ਦੁਆਰਾ, ਸਾਡੇ ਪਸੰਦਿਆਂ ਦੁਆਰਾ ਉਹ ਗੱਲਾਂ 'ਤੇ ਅਮਲ ਕਰੋਗੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਬਿਨਾਂ ਦਵਾਈਆਂ ਤੋਂ ਅਸੀਂ ਠੀਕ ਕਰ ਸਕਦੇ ਹਾਂ, ਤੰਦਰੁਸਤ ਰਹਿ ਸਕਦੇ ਹਾਂ। ਸਾਡੇ ਅੱਜ ਦੇ ਕੈਂਪ ਦੇ ਵਿੱਚ ਪ੍ਰਿੰਸੀਪਲ ਮਿਸਟਰ ਸਾਹਿਬ ਤੋਂ ਇਲਾਵਾ ਡਾਕਟਰ ਮਹਾਨ ਸਿੰਘ ਜੀ, ਜਿਹੜੇ ਐਸ ਐਮ ਹਨ ਪੁਲਿਸ ਲਾਈਨ ਹਸਪਤਾਲ ਸੰਗਰੂਰ ਦੇ ਵਿੱਚ, ਜਿਹਨਾਂ ਦੀ ਡਿਊਟੀ ਸਪੈਸ਼ਲ ਸਾਡੇ ਐਸ ਐਸ ਪੀ ਸਾਹਿਬ ਸਿੱਧੂ ਸਾਹਿਬ ਨੇ ਨਸ਼ਿਆਂ ਦੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਦੀ ਸਤਿਕਾਰ ਤੁਹਾਨੂੰ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਇਕੱਠੇ ਹੋਏ ਹੋ ਆਈ ਕੈਂਪ ਦੇ ਵਿੱਚ, ਤੁਸੀਂ ਦੇਖਦੇ ਆ ਕੈਂਪ ਲੱਗਦੇ ਰਹਿੰਦੇ ਆ, ਪਹਿਲਾਂ ਵੀ ਇੱਦਾਂ ਦੇ ਕੈਂਪ ਇੱਥੇ ਲੱਗੇ ਨੇ, ਲੱਗਦੇ ਰਹਿਣਗੇ। ਉਹਨਾਂ ਕੈਂਪਾਂ ਦੇ ਵਿੱਚ ਆਪਾਂ ਕੀ ਕਰਦੇ ਹਾਂ, ਪੇਸ਼ੈਂਟਾਂ ਨੂੰ ਇਕੱਠੇ ਕਰ ਲੈਂਦੇ, ਉਹਨਾਂ ਦੇ ਕੁਛ ਸਲੈਕਟ ਕਰ ਲੈਂਦੇ, ਇਹਨਾਂ ਦੇ ਲੈਨ 'ਚ ਪੈ ਜਾਂਦੇ ਨੇ, ਉਹਨਾਂ ਦੇ ਲੈਨ ਪਾ ਜਾਂਦੇ ਨੇ। ਪਰ ਅੱਜ ਆਪਦਾ ਜਿਹੜਾ ਇਹ ਸੈਮੀਨਾਰ ਕੀਤਾ ਜਾ ਰਿਹਾ, ਇਹਦੇ ਵਿੱਚ ਆਪਾਂ ਇੱਕ ਵੱਖਰੇ ਤੌਰ 'ਤੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਹਿੰਦੁਸਤਾਨ ਦੇ ਵਿੱਚ 4 ਕਰੋੜ ਲੋਕ ਬਲਾਈਂਡ ਨੇ, ਜਿਹਨਾਂ ਨੂੰ ਦਿਸਦਾ ਨਹੀਂ। 4 ਕਰੋੜ ਦੇ ਵਿੱਚੋਂ 2.5 ਲੱਖ ਲੋਕ ਪੰਜਾਬ ਦੇ ਨੇ, ਜਿੱਥੇ ਜਿਹਨਾਂ ਮਤਲਬ ਕਿ ਦਿਸਦਾ ਨਹੀਂ ਆਪਣੇ ਅੱਖਾਂ ਤੋਂ, ਨੇਤਰਹੀਣ ਹਨ। ਉਹ ਨੇਤਰਹੀਣ ਕਿਸ ਤਰ੍ਹਾਂ ਹਨ, ਜਿਸ ਤਰ੍ਹਾਂ ਆਪਾਂ ਦੇਖਦੇ ਨੇ ਵੀ ਆਪਣੇ ਬੋਲਾ ਪੈ ਗਿਆ, ਉਹ ਕਿਸ ਤਰ੍ਹਾਂ ਆਪਾਂ ਕੰਮ ਕਾਰ ਕਰਦੇ ਹਾਂ, ਫੈਕਟਰੀ ਦੇ ਵਿੱਚ ਕੰਮ ਕਰਦੇ ਹਾਂ, ਖੇਤੀ ਦਾ ਕੰਮ ਕਰਦੇ ਹਾਂ, ਉਦੋਂ ਆਪਣੇ ਅੱਖ ਦੇ ਵਿੱਚ ਕੋਈ ਚੋਟ ਲੱਗ ਗਿਆ ਤਾਂ ਆਪਣੇ ਅੱਖ ਦੇ ਵਿੱਚ ਬੋਲਾ ਪੈ ਜਾਂਦਾ। ਆਪਣੀ ਅੱਖ ਦੀ ਫਰੰਟ ਵਾਲੀ ਜਿਹੜੀ ਕੋਰਨੀਆ ਜਿੱਥੇ ਆਪਾਂ ਅੱਖ ਦੀ ਕਹਿੰਦੇ ਹਾਂ, ਉਹ ਖਰਾਬ ਹੋ ਜਾਂਦੀ ਆ। ਜਿਹੜੇ ਆਪਣੀ ਪਿੱਛੋਂ ਨਿਗਾਹ ਵੱਲੋਂ ਠੀਕ ਹੁੰਦੀ ਹੈ, ਉਹ ਅੱਖ ਬਦਲਣ ਦੀ ਲੋੜ ਹੁੰਦੀ ਹੈ। ਇਸ ਕੈਂਪ ਦੇ ਵਿੱਚ ਡਾਕਟਰ
ਮੰਚ 'ਤੇ ਬੈਠੇ ਸਾਰੇ ਹੀ
ਸਤਿ ਸੱਜਣ ਗਹਿਰਾ ਨਿਵਾਸੀ ਭੈਣੋ ਭਰਾਓ ਬਜ਼ੁਰਗੋ ਬੱਚਿਓ ਅਤੇ ਆਸ ਪਾਸ ਤੋਂ ਆਏ ਸਾਰੇ ਮਹਿਮਾਨ ਸਾਰਿਆਂ ਦਾ ਸਵਾਗਤ ਜਿਹਾ ਅੱਜ ਦਾ ਦਿਨ ਲਹਿਰਾਂ ਵਾਸਤੇ ਬਹੁਤ ਹੀ ਸੁਭਾਗ ਹੈ ਕਿਉਂਕਿ ਜਦੋਂ ਅਸੀਂ ਕੋਈ ਸ਼ੁਭ ਕੰਮ ਕਰਨ ਲੱਗਦੇ ਹਾਂ ਤਾਂ ਕੁਝ ਸੰਕੇਤ ਆ ਜਾਂਦੇ ਨੇ ਉਹਦੇ ਨਾਲ ਦੇਖਣ ਲੱਗ ਜਾਂਦਾ ਅੱਛਾ ਕੰਮ ਹੋ ਰਿਹਾ ਦੱਸਣ ਦੀ ਜ਼ਰੂਰਤ ਨਹੀਂ ਰਹਿੰਦੀ ਬਿਨਾਂ ਦੱਸੇ ਪਤਾ ਲੱਗ ਰਿਹਾ ਅੱਜ ਇਹ ਕੰਮ ਜੋ ਕਿ ਮਨੁੱਖਤਾ ਦੀ ਸੇਵਾ ਮਾਨਵਤਾ ਦੀ ਸੇਵਾ ਵਾਸਤੇ ਆਪਾਂ ਕਰਨ ਲੱਗੇ ਹਾਂ ਰੱਬ ਵੀ ਖੁਸ਼ ਹੁੰਦਾ ਉਹਦੇ ਨਾਲ ਗਰਮੀ ਪੈ ਰਹੀ ਹੈ ਪੂਰਾ ਮਈ ਦਾ ਮਹੀਨਾ ਸਭ ਤੋਂ ਤਪਤ ਤਪਸ ਵਾਲਾ ਮਹੀਨਾ ਹੁੰਦਾ ਪਰ ਹੁਣ ਦੇਖੋ ਬਾਗਲੇ ਪਾਸੇ ਠੰਡਾ ਹੋ ਰਿਹਾ ਇਹ ਸਾਰਾ ਕੁਛ ਉੱਪਰ ਵਾਲਾ ਗੱਲ ਤੁਸੀਂ ਅੱਗੇ ਵਧੋ ਕੋਈ ਸਟੈਪ ਅੱਗੇ ਨੂੰ ਚੱਕੋ ਇੱਕ ਉਹ ਤੁਹਾਨੂੰ 10 ਸਟੈਪ ਅੱਗੇ ਉੱਪਰ ਕਰਵਾਉਂਦਾ ਇੱਕ ਤੁਸੀਂ ਸਟੈਪ ਅੱਗੇ ਨੂੰ ਲਾਓ ਤਾਂ ਉੱਪਰ ਵਾਲਾ ਤੁਹਾਨੂੰ ਨਾਲ ਆਉਂਦਾ ਕਰ ਕੋਲਾ ਗੱਲ ਪਕੜ 10 ਸਟੈਪ ਤੁਹਾਨੂੰ ਆਪਣਾ ਸਾਰਿਆਂ ਦਾ ਯੋਗਦਾਨ ਆਰਕੇ ਸਟੇਸ਼ਨ ਹੈ ਇੱਥੋਂ ਦੀ ਰਾਈ ਸਰਵਿਸ ਸਟੇਸ਼ਨ ਹੈ ਜਾਂ ਕੋਈ ਹੋਰ ਵਿਅਕਤੀ ਜਿਨ੍ਹਾਂ ਨੂੰ ਸਮਰੱਥਾ ਪਰਮਾਤਮਾ ਨੇ ਬਖਸ਼ੀ ਹੈ ਕੋਈ ਪੈਸਾ ਨਾਲ ਨਹੀਂ ਲੱਗਿਆ ਹੈ ਤੂੰ ਨਾ ਕਿਤੇ ਨਾਲ ਲੈ ਕੇ ਜਾਣਾ ਇੱਥੇ ਹੀ ਅਸੀਂ ਮਾੜਾ ਇੱਥੇ ਚੱਲ ਕੇ ਚੱਲੇ ਇੱਥੇ ਹੀ ਹੋਣਾ ਦੇਣ ਵਾਲਾ ਵੀ ਹੋਈ ਹੈ ਲੈਣ ਵਾਲਾ ਵੀ ਹੋਈ ਹੈ ਮੈਨ ਪ੍ਰਪੋਜ਼ਸ ਗੋਡ ਪ੍ਰਪੋਜ਼ਸ ਅਸੀਂ ਪ੍ਰਪੋਜ਼ ਕਰਦੇ ਰਹਿੰਦੇ ਹਾਂ ਆਹ ਹੋ ਜਾਊ ਇਹ ਹੋ ਜਾਊ ਪਰ ਉਹ ਇੱਕ ਝਟਕੇ ਦੇ ਵਿੱਚ ਸਾਰਾ ਕੁਛ ਆਉਂਦਾ ਇੱਕ ਸੈਕਿੰਡ ਦੇ ਵਿੱਚ ਸਾਡੇ ਕਹਿੰਦੇ ਅਸੀਂ ਲੱਗੇ ਹੋਏ ਨੇ ਕਮਰੇ ਵਿੱਚ ਉਹਨੇ ਇੱਕ ਏਸੀ ਲਗਾ ਕੇ ਇੱਕ ਮਿੰਟ ਦੇ ਵਿੱਚ ਏਸੀ ਜ਼ਰੂਰ ਬੰਦ ਕਰ ਏਸੀ ਨਹੀਂ ਚਾਹੀਦਾ ਸਾਨੂੰ ਇੱਕ ਮਿੰਟ ਲਾਉਂਦਾ ਇੱਕ ਸੈਕਿੰਡ ਦੇ ਵਿੱਚ ਤਬਦੀਲ ਕਰ ਦਿੰਦਾ ਸਾਰਾ ਕੁਛ ਜੋ ਅਸੀਂ ਸੋਚਦੇ ਹਾਂ ਉਦੋਂ ਇੱਕ ਸੈਕਿੰਡ ਦੇ ਵਿੱਚ ਚੇਂਜ ਕਰ ਦਿੰਦਾ ਸਭ ਕੁਛ ਇੱਥੇ ਤੈਸ਼ ਕਰਦਾ ਇੱਕ ਸੈਕਿੰਡ ਦੇ ਵਿੱਚ ਵਿਚਾਰ ਲੈ ਲੈਂਦਾ ਸੀ ਵੱਡੇ ਵੱਡੇ ਮਹਿਲ ਬਣਾਉਂਦੇ ਆ ਇੱਕ ਸੈਕਿੰਡ ਬਣਾਉਂਦਾ ਉਹ ਕੇ ਸੈਂ ਉਹ ਕਰਦਾ ਸਭ ਇਸ ਕਰਕੇ ਜੋ ਅਸੀਂ ਸੋਚਦੇ ਹਾਂ ਉਹ ਤੋਂ ਵੱਧ ਵੱਡੀ ਸੋਚ ਹੁੰਦੀ ਹੈ ਉਹਦੀ ਕਿਰਪਾ ਦੇ ਨਾਲ ਹੀ ਇਹ ਟੀਮ ਜੋ ਜੁੜਦੀ ਹੈ ਉਹ ਉੱਪਰ ਕਿਰਪਾ ਕਰਦਾ ਪਿਛਲੇ ਹਫ਼ਤੇ ਤਬੇ ਸੀਗਾ ਬਹੁਤ ਵੱਡਾ ਕੈਂਪ ਲੱਗਿਆ ਅੱਗੇ ਬਾਅਦ ਤੱਕ ਦਾ ਦੇ ਵਿੱਚ ਕੱਚਾ ਰਾਮ ਜੀ ਦਾ ਹਮ ਲੋਕ ਉੱਥੇ ਇਕੱਠੇ ਹੋਏ ਉੱਥੇ ਵੀ ਮੈਂ ਇਹ ਕਿਹਾ ਸੀਗਾ ਕਿ ਇਹ ਕਿਰਪਾ ਕਰਨ ਵਾਲਾ ਉੱਪਰ ਵਾਲਾ ਹੀ ਹੈ ਕੁਛ ਲੋਕਾਂ ਦੇ ਹਿੱਸੇ ਹੁੰਦੀ ਹੈ ਸਾਰਿਆਂ ਦੇ ਉੱਪਰ ਨਹੀਂ ਕਰਦਾ ਕਿ ਸਰ ਕੋਈ ਕੰਮ ਚੰਗਾ ਲੱਗਦਾ ਕਿ ਸਰ ਕੋਈ ਲੱਗਦਾ ਹੁਣ ਇੱਥੇ ਆਪਾਂ ਆਏ ਹੋਏ ਹਾਂ ਡਾਕਟਰ ਸਾਹਿਬ ਆਏ ਹੋਏ ਹਾਂ ਕਿ ਆਪਣਾ ਆਪਣਾ ਟਾਈਮ ਕੱਢ ਕੇ ਸਾਰੇ ਲੋਕ ਆਏ ਹਨ ਉਹਦਾ ਵੀ ਬੈਨੀਫਿਟ ਨਹੀਂ ਲੈਂਦੇ ਲੋਕ ਆਸ ਪਾਸ ਬੈਠੇ ਰਹਿਣਗੇ ਆਪਣੇ ਡਾਕਟਰ ਦੇ ਲੈਨ 'ਚ ਲੱਗਣਗੇ ਜਾ ਕੇ ਪੈਸੇ ਦੇਣਗੇ ਚੈੱਕ ਅਪ ਨਹੀਂ ਕਰਵਾਉਂਦੇ ਹਨ ਆਪਣੇ ਨਾਲ ਬੱਚਿਆਂ ਨੂੰ ਵੀ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀ ਅੱਖਾਂ ਦਾ ਚੈੱਕ ਅਪ ਹੈ ਇਹ ਜਨਮ ਤੋਂ ਲੈ ਕੇ ਇਹ ਨਹੀਂ ਪਹਿਲਾਂ ਸੀਗਾ ਜਵਾਨਾ ਆਪਾਂ ਜਿੱਥੇ 50 ਸਾਲ ਦੇ 40 ਸਾਲ ਦੇ ਮੈਨੂੰ ਹੋ ਗਿਆ ਅੱਜ ਤਾਂ ਛੋਟੇ ਬੱਚੇ ਨੂੰ ਵੀ ਲੱਗ ਰਹੀ ਹੈ ਇੱਕ ਸਾਲ ਦੇ ਬੱਚੇ ਨੂੰ 6 ਮਹੀਨੇ ਦੇ ਬੱਚੇ ਨੂੰ ਰਹਿਣ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਅਸੀਂ ਉਹਨੂੰ ਨਸ਼ਾ ਲਗਾ ਦਿੱਤਾ ਨਸ਼ਾ ਕਿਸ ਚੀਜ਼ ਦਾ ਮੋਬਾਈਲ ਫੋਨ ਨੂੰ ਦੇ ਦਿੰਦੇ ਹਾਂ ਉਹ ਰੋਣ ਲੱਗ ਜਾਂਦਾ ਮੋਬਾਈਲ ਫੋਨ ਦੇ ਦਿੰਦੇ ਅਸੀਂ ਵਾਰ ਵਾਰ ਉਹਦੀ ਅੱਖਾਂ ਦੇ ਬਿਲਕੁਲ ਕਰ ਰਹੇ ਹਾਂ ਇੱਕ ਸਾਲ ਦੇ ਬੱਚੇ ਦੇ ਉੱਪਰ ਵੱਡੀ ਮੋਟੀ ਐਨ ਲੱਗ ਜਾਂਦੀ ਨਸ਼ਾ ਹੈ ਉਹਨੂੰ ਬਚਾਉਣਾ ਅਸੀਂ ਬੱਚਿਆਂ ਨੂੰ ਆਉਣ ਵਾਲੇ ਜਿਹੜੀ ਸਾਡੀ ਜਨਰੇਸ਼ਨ ਹੈ ਬੱਚੇ ਨੇ ਉਹਨਾਂ ਨੂੰ ਬਚਾਉਣਾ ਹੈ ਮੋਬਾਈਲ ਫੋਨ ਨਹੀਂ ਦੇਣਾ ਰੋਲਣ ਦੇ ਥੋੜ੍ਹੀ ਦੇਰ ਆਪਾਂ ਉਹਨੂੰ ਕਹਿੰਦੇ ਵੀ ਅਸੀਂ ਕੰਮ ਕਰਦੇ ਹਾਂ ਉਹ ਲੱਗ ਗਿਆ ਖੇਡਣ ਲੱਗ ਗਿਆ ਉਹਦੇ ਵਿੱਚ ਪਰ ਉਹ ਨਸ਼ਾ ਲਾਤਾ ਸੀ ਉਹਨੂੰ ਉਹਨੇ ਸਾਰੀ ਜ਼ਿੰਦਗੀ ਨਸ਼ਾ ਵਾਲਾ ਜੁਗਾ ਖਾ ਹੌਲੀ 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 ਕਰਦੇ ਕਰਦੇ ਚ ਪਹਿਲੀ ਸਟਾਰਟਿੰਗ ਦੇ ਵਿੱਚ ਐਡਾ ਹੁੰਦਾ ਸ਼ੀਸ਼ਾ ਲੱਗਾ ਤਾਂ ਜ਼ਿੰਦਗੀ ਭਰ ਕੇ ਮੈਨੂੰ ਪੜੂ ਇਸ ਕਰਕੇ ਟੀਵੀ ਦੇ ਸਾਹਮਣੇ ਪਾ ਦੇ ਨੇ ਬੱਚੇ ਨੂੰ ਰੋਂਦਾ ਚੁੱਕਾ ਚਾਹੀਦਾ ਅਸੀਂ ਕਹਿ ਦਿੰਦੇ ਹਾਂ ਖੁਸ਼ ਹੋ ਗਏ ਇਹ ਚੀਜ਼ਾਂ ਛੋਟੀਆਂ ਛੋਟੀਆਂ ਨੇ ਪਰ ਸਾਨੂੰ ਸਮਝਾਉਣਾ ਪੈਣਾ ਆਪਣੇ ਬੱਚਿਆਂ ਦੇ ਵਾਸਤੇ ਜ਼ਰੂਰੀ ਆ ਬੀਬੀਆਂ ਨੂੰ ਸਪੈਸ਼ਲੀ ਘਰ ਵਿੱਚ ਬੱਚੇ ਛੋਟੇ ਨੇ ਉਹਨੂੰ ਨਹੀਂ ਪਤਾ ਮਾਂ ਨੇ ਤੁਹਾਨੂੰ ਰਵਾਉਣਾ ਲੱਗਾ ਜੂਗਾ ਮੋਬਾਈਲ ਨਹੀਂ ਸੀਗੇ ਪਹਿਲਾਂ ਬੱਚਾ ਚੁੱਪ ਨਹੀਂ ਕਰਦੇ ਸੀ ਮੋਬਾਈਲ ਆਉਣ ਤੋਂ ਪਹਿਲਾਂ 20 ਸਾਲ ਪਹਿਲਾਂ ਨਹੀਂ ਅਸੀਂ ਖੜਾਉਂਦੇ ਸੀ ਬੱਚਿਆਂ ਨੂੰ ਤਾਂ ਅੱਜ ਕੱਲ੍ਹ ਖੇਲਣਗੇ ਅਸੀਂ ਖੇਲਣਗੇ ਪਰ ਅਸੀਂ ਸੌਖਾ ਤਰੀਕਾ ਲੱਭ ਲੈਂਦੇ ਇਹ ਨਹੀਂ ਦੇਖਦੇ ਕਿ ਉਹਦੀ ਅੱਖਾਂ ਖਤਮ ਹੋ ਜਾਣ ਨਸ਼ਾ ਇਹ ਨਸ਼ੇ ਤੋਂ ਬਚਾਉਣਾ ਬੱਚਿਆਂ ਨੂੰ ਮੋਬਾਈਲ ਨੇ ਜਿਹੜਾ ਹੈਗਾ ਟੀਵੀ ਦੇ ਸਾਹਮਣੇ ਨਹੀਂ ਪਾਉਣਾ ਹੁੰਦਾ ਉਹਨੂੰ ਹੋਰ ਖੜਾਉਣੇ ਆਪਣੇ ਕੋਲ ਚੀਜ਼ਾਂ ਤਾਂ ਪਹਿਲਾਂ ਉਹ ਨਹੀਂ ਖੜਾਉਣੇ ਸੀ ਹੁਣ ਤਾਂ ਬੜੇ ਮੋਟਰ ਖੜਾਉਣੇ ਪੜ ਲੱਗੇ ਬੱਚੇ ਬੰਦੇ ਨੇ ਉਹਨਾਂ ਦਾ ਚਾਬੀ ਨਾਲ ਚੱਲਣ ਵਾਲੇ ਖੜਾਉਣੇ ਉਹਦੇ ਵਿੱਚ ਅਸੀਂ ਲਗਾ ਦਈਏ ਪਰ ਘਰ ਤੋਂ ਹਰ ਚੀਜ਼ ਘਰ ਤੋਂ ਸ਼ੁਰੂ ਹੁੰਦੀ ਹੈ ਉਹ ਸਾਨੂੰ ਬਚਪਨ ਦੇ ਬੱਚਿਆਂ ਵਿੱਚ ਆਪਣੇ ਘਰ ਤੋਂ ਜਾਦੂ ਕਰਨੀ ਚਾਹੀਦੀ ਇਹ ਦੂਸਰਾ ਕਰਤਾ ਜੀ ਅਸੀਂ ਵੀ ਦਿੱਤਾ ਜੀ ਦੂਸਰਾ ਗਲਤ ਜਾ ਰਿਹਾ ਸੀ ਤਾਂ ਬਚਾਓ ਅਸੀਂ ਆਪਣੇ ਬੋਡੀ ਨੂੰ ਦੱਸੀਏ ਪਹਿਲਾਂ ਆਪਣਾ ਘਰ ਸਾਫ਼ ਕਰੀਏ ਉਹ ਤੋਂ ਉੜ ਕੇ ਅਸੀਂ ਜਿਹੜੇ ਸਾਡੇ ਆਸ ਪਾਸ ਰਹਿੰਦੇ ਉਹਨਾਂ ਨੂੰ ਦੱਸੀਏ ਵਿਆਹ ਨਹੀਂ ਕਰਨਾ ਹੈਗਾ ਆਹ ਠੀਕ ਹੈ ਗਲਤ ਹੈ
ਚੀਜ਼ਾਂ ਸੁੱਟੀਆਂ ਨੇ ਪਤਾ ਸਾਰਿਆਂ ਨੂੰ, ਪਰ ਕਰਦੇ ਨਹੀਂ ਅਸੀਂ ਜੀਵਨ ਦੇ ਵਿੱਚ ਬਾਰਿਸ਼ ਕਰਕੇ ਖਾਦੇ। ਬਿਮਾਰੀਆਂ ਦਾ ਵੱਡਾ ਕਾਰਨ, ਸਭ ਤੋਂ ਵੱਡਾ ਕਾਰਨ ਜੋ ਬਿਮਾਰ ਅਸੀਂ ਰਹਿੰਦੇ ਹਾਂ, ਸਾਡਾ ਰਹਿਣਾ ਸਾਰਾ ਠੀਕ ਨਹੀਂ ਹੈਗਾ, ਖਾਣਾ ਖਾਣ ਪਾਣ ਸਾਰਾ ਠੀਕ ਨਹੀਂ, ਇਹ ਸਾਡਾ ਸਭ ਤੋਂ ਵੱਡਾ ਕਾਰਨ। ਕੀ ਖਾਣਾ ਹੈ, ਕਦੋਂ ਖਾਣਾ ਹੈ, ਸਾਨੂੰ ਨਹੀਂ ਪਤਾ। ਜੋ ਚੀਜ਼ ਆ ਗਈ ਖਾ ਲਓ, ਪ੍ਰਸ਼ਾਦ ਕੋਈ ਦੇ ਦਿਓ ਤੁਹਾਨੂੰ, ਚਾਰ ਮਿੰਟ ਨੂੰ ਖਾ ਲੈਣਾ ਪ੍ਰਸ਼ਾਦ ਹੈ, ਪ੍ਰਸ਼ਾਦ ਵੀ ਖਾਓ, ਕਣਕਾਂ ਖਾ ਲਓ, ਇਹਦੇ ਵੀ ਚਾਰ ਮਿੰਟ ਨੂੰ ਪੰਜ ਮਿੰਟ ਪਿੱਛੇ ਦਿੱਤਾ ਡਬੜਾ ਪ੍ਰਸ਼ਾਦ ਜਦੋਂ ਖਾ ਲਿਆ ਤੁਸੀਂ, ਖਾਣਾ ਖਾਧਾ ਫਿਰ ਖਾ ਲਿਆ। ਹਰ ਚੀਜ਼ ਨੂੰ ਤੁਹਾਨੂੰ ਦੇਖਣਾ ਰੂਪ ਹੈ ਕਿ ਕਰ ਕੀ ਰਿਹਾ, ਜਦੋਂ ਚਿਰ ਅਸੀਂ ਸੋਚਦੇ ਜੀ ਉਸ ਚੀਜ਼ ਨੂੰ ਉਹਨੇ ਅੱਗੇ ਤੁਹਾਨੂੰ ਨੁਕਸਾਨ ਕਰ ਦਿੱਤਾ। ਡਾਕਟਰ ਸਾਹਿਬ ਨੇ ਦੱਸਿਆ ਨਾ, ਖੋਆ ਕੱਢ ਲਓ ਜੀ, ਘਿਓ ਪਾ ਲਓ ਜੀ, ਕੰਮ ਕੋਈ ਕਰਦੇ ਨਹੀਂ, ਉਹ ਜਮ੍ਹਾਂ ਹੋਊਗਾ, ਫੈਟ ਜਮ ਜਾਣੀ ਅੰਦਰ ਤੁਹਾਡੇ। ਬਲੱਡ ਪ੍ਰੈਸ਼ਰ ਕੀ ਹੁੰਦਾ, ਬਲੱਡ ਪ੍ਰੈਸ਼ਰ ਇਹ ਹੈ ਨਾੜੀਆਂ ਸਾਡੀਆਂ ਵਿੱਚ ਜਮ ਜਾਂਦਾ ਕੋਲੈਸਟ੍ਰੋਲ, ਜਦੋਂ ਜਲਦ ਜਮ ਜਾਂਦੀ ਆ ਉਹ ਜਮਿਆ ਹੋਇਆ, ਤੋ ਜਿਹੜਾ ਸਾਡਾ ਹਾਰਟ ਪੰਪ ਕਰਦਾ ਉਹ ਪ੍ਰੈਸ਼ਰ ਪੈਂਦਾ ਉਹਦੇ ਉੱਪਰ, ਉਹ ਨਾੜੀਆਂ 'ਚ ਸੁੰਗੜ ਗਈਆਂ, ਖੂਨ ਜਾ ਰਹੀ ਆ, ਖੂਨ ਕਹਿੰਦੇ ਬਲੱਡ ਪ੍ਰੈਸ਼ਰ ਹੋ ਗਿਆ, ਖੂਨ ਦਾ ਦੌਰਾ ਹੋ ਗਿਆ, ਖੂਨ ਦਾ ਦੌਰਾ ਖੂਨ ਬਰਾਬਰ ਜਾ ਰਹੇ ਆ ਉਹਦੇ ਉੱਪਰ, ਰੋਡ ਪੈ ਰਿਹਾ ਅਤੇ ਹਾਰਟ ਅਟੈਕ ਹੋ ਜਾਊ। ਕੰਮ ਹੈ ਸਾਨੂੰ ਸਮਝ ਆ ਵੀ ਕਿਉਂ ਹੁੰਦਾ। ਹੁਣ ਸ਼ੂਗਰ ਹੈ, ਸ਼ੂਗਰ ਨੂੰ ਜ਼ਿਆਦਾਤਰ ਜ਼ਿਆਦਾ ਸੋਚੀ ਜਾਓ, ਨੈਗੇਟਿਵ ਸੋਚਾਂਗੇ, ਗਲਤ ਸੋਚਾਂਗੇ, ਸੋਚ ਦੇ ਨਾਲ ਅਤੇ ਖਾਣ ਦੇ ਨਾਲ। ਚੀਨੀ ਖਾਈ ਜਾਣੀ ਹੈ, ਜ਼ਿਆਦਾ ਮਿੱਠਾ ਪਾ ਕੇ ਚਾਰ ਚਮਚੇ ਕੱਪ ਦੇ ਵਿੱਚ ਪੀ ਲੈਣੇ, ਸ਼ੂਗਰ ਹੋਣੀ ਹੀ ਹੋਣੀ ਹੈ। ਉਹਦੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਫਿਲਟਰ ਕਰੀਏ, ਪਹਿਲਾਂ ਇੱਕ ਘੰਟਾ ਆਪਣੇ ਵਾਸਤੇ ਜ਼ਰੂਰ ਕੱਢੋ। ਕੋਈ ਕਿਸੇ ਦਾ ਕਿਤੇ ਸਾਥੀ ਨਹੀਂ ਹੈਗਾ, ਜਿਹੜਾ ਆਪਣਾ ਸਮਾਜ ਹੈ, ਆਪਣਾ ਇੱਕ ਸੰਸਾਰ ਬਣਿਆ ਹੋਇਆ, ਕੋਈ ਸਾਥੀ ਨਹੀਂ ਹੈਗਾ। ਤੁਹਾਨੂੰ ਲੱਗਦਾ ਮੇਰਾ ਮੁੰਡਾ, ਮੇਰਾ ਕੁੜੀ, ਮੇਰਾ ਘਰਵਾਲਾ, ਮੇਰੀ ਘਰਵਾਲੀ, ਕੋਈ ਨਹੀਂ। ਇੱਕ ਸੈਕਿੰਡ ਦੇ ਬਾਅਦ ਸਭ ਪਿੱਛੇ ਹੱਟ ਜਾਂਦਾ, ਇੱਕ ਸਾਹ ਜਿਹੜਾ ਆਪਣੇ ਅੰਦਰ ਗਿਆ ਹੋਇਆ, ਦੂਸਰਾ ਸਾਹ ਆਪਣਾ ਕਿਸੇ ਨੂੰ ਨਹੀਂ ਆਉਣਾ, ਕਿਸੇ ਨੂੰ ਨਹੀਂ ਪਤਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਮ ਆਦਮੀ ਹੈ ਇੱਕ ਦਮੀ, ਇੱਕ ਦਮ ਜਿਹੜਾ ਸਾਡੇ ਅੰਦਰ ਚੱਲਿਆ ਗਿਆ, ਦੂਜਾ ਆਉਣਾ ਨਹੀਂ ਆਉਣਾ ਕਿਸੇ ਨੂੰ ਨਹੀਂ ਪਤਾ, ਦੂਸਰਾ ਸਾਹ ਦਾ ਅਤੇ ਸਾਰਾ ਸਾਹ ਸਾਨੂੰ ਲੱਗਦਾ ਸਾਡੇ ਨਾਲ ਬੈਠੇ ਸਭ ਇੱਕ ਮਿੰਟ ਦੇ ਵਿੱਚ ਪ੍ਰਾਇ ਮਿਲਦੇ। ਇਸ ਕਰਕੇ ਆਪਣੇ ਵਾਸਤੇ ਜਿੰਨਾ ਚਿਰ ਆਪਣਾ ਸਰੀਰ ਠੀਕ ਹੈ ਤਾਂ ਸਭ ਕੁਛ ਅੱਛਾ ਰਹੂਗਾ, ਤਾਂ ਸਰੀਰ ਵੀ ਠੀਕ ਹੈ ਤਾਂ ਸਾਨੂੰ ਕੀ ਚੱਲੂਗਾ। ਪਦਾਰਥ ਦਾ ਢੇਰ ਲਾ ਦਿਓ ਤੁਹਾਡੇ ਕੋਲ, ਅਤੇ ਸੁਵਿਧਾ ਲਾ ਦਿਓ, ਏਸੀ ਚਲਾ ਦਿਓ, ਅਸੀਂ ਬੈਡਰੂਮ ਪਾਇਆ, ਬੈਠਦੇ ਪਏ ਹਾਂ, ਸਾਨੂੰ ਸਾਡੇ ਵਾਸਤੇ ਏਸੀ ਕੀ ਕਰਨਗੇ, ਹੋ ਸਾਡੇ ਵਾਸਤੇ ਕੱਪੜੇ ਰੱਖੇ ਹੋਏ, ਖਾਣ ਦੀ ਚੀਜ਼ਾਂ ਅਸੀਂ ਬਹਿ ਸਕਦੇ, ਬਹਿ ਨਹੀਂ ਸਕਦੇ, ਖਾ ਨਹੀਂ ਸਕਦੇ, ਤੂੰ ਕਿਸੇ ਕੰਮ ਦੀ। ਸਿਰ ਸਰੀਰ ਆਪਣਾ ਜ਼ਰੂਰੀ ਹੈ ਵੀ ਅਸੀਂ ਇਹਨਾਂ ਨੂੰ ਧਿਆਨ ਦੇ ਦਈਏ, ਧਿਆਨ ਦੇ ਦਾਂਗੇ ਅੱਧੀ ਤੁਹਾਡੀ ਪ੍ਰੋਬਲਮ ਸੋਲਵ ਹੈ, ਅੱਧਾ ਸਾਡਾ ਅਸੀਂ ਬਿਮਾਰੀ ਤੋਂ ਬਚ ਸਕਦੇ। ਸਿਰ ਆਪਣੇ ਜਿਹੜੀਆਂ ਆਦਤਾਂ ਨੇ ਡੇਲੀ ਦੀਆਂ ਉਹਨਾਂ ਨੂੰ ਬਦਲਦਾ, ਸਵੇਰੇ ਉੱਠਣਾ ਹੈ ਜ਼ਰੂਰ ਬੂਹਾ ਧੋ ਕੇ ਉਹ ਪਰਮਾਤਮਾ ਦੇ ਨਾਲ ਜੁੜੋ, ਚੌਵੀ ਘੰਟੇ ਸਾਨੂੰ ਦਿੰਦਾ ਉਹ, ਚੌਵੀ ਘੰਟੇ ਤੋਂ ਕਹਿੰਦਾ ਮੈਨੂੰ ਚੌਵੀ ਮਿੰਟ ਦਾ ਦੇ ਦਿਓ, ਇੱਕ ਘੜੀ ਆਧੀ ਘੜੀ ਆਧੀ ਸੇ ਵੀ ਆ, ਉਹ ਛੇ ਮਿੰਟੇ ਕਹਿ ਰਿਹਾ, ਤਾਂ ਚੌਵੀ ਮਿੰਟ ਨਹੀਂ ਦਿੰਦੇ ਤੁਹਾਨੂੰ, ਬਾਰਾਂ ਦੇ ਦਿਓ, ਬਾਰਾਂ ਨਹੀਂ ਛੇ ਮਿੰਟ ਦੇ ਦਿਓ, ਛੇ ਮਿੰਟ ਦਾ ਕਹਿੰਦਾ ਤੁਹਾਨੂੰ ਚੌਵੀ ਘੰਟੇ ਦੇਣਾ, ਛੇ ਮਿੰਟ ਦਾ ਮੈਨੂੰ ਦੇ ਦਿਓ, ਉਹ ਵੀ ਅਸੀਂ ਦੇਣ ਨੂੰ ਤਿਆਰ ਨਹੀਂ, ਅੱਜ ਤਾਂ ਸਾਡੇ ਕੋਲ ਤਾਂ ਬਹੁਤ ਕੰਮ ਹੈ, ਇਹ ਤਾਂ ਬਿਜੀ ਹੈ, ਸਾਡੇ ਕੋਲ ਟਾਈਮ ਹੀ ਨਹੀਂ ਹੈਗਾ, ਉਹ ਟਾਈਮ ਤਾਂ ਦੇਣੇ ਵਾਲਾ ਹੋਈ ਹੈ, ਚੌਵੀ ਘੰਟੇ ਦੇ ਰਿਹਾ ਤੁਹਾਨੂੰ, ਦਸ ਮਿੰਟ ਦੇ ਦਿਓ। ਸਵੇਰੇ ਜਦੋਂ ਤੁਸੀਂ ਮੂੰਹ ਹੱਥ ਧੋ ਕੇ ਕਿਸੇ ਵੀ ਧਰਮ ਨੂੰ ਮੰਨਦੋ ਬੰਦਾ, ਕਿਸੇ ਵੀ ਤੁਹਾਡੀ ਕੋਈ ਸ਼ਰਧਾ ਹੈ ਕਿਸੇ ਬਾਬੇ ਨਾਲ ਗੁਰੂ ਨਾਲ, ਦਸ ਮਿੰਟ ਉਹਨੂੰ ਦੇ ਦਿਓ, ਸਵੇਰੇ ਉੱਠ ਕੇ ਸਟਾਰਟ ਕਰੋ, ਮੂੰਹ ਧੋ ਕੇ ਤੁਸੀਂ ਚਾਰ ਗਲਾਸ ਪਾਣੀ ਦੇ ਪੀਣੇ, ਚਾਰ ਗਲਾਸ, ਇੱਕ ਲੀਟਰ ਬੋਤਲ ਭਰ ਲਓ, ਕਿਸੇ ਨੂੰ ਲਿਆਓ, ਹਰ ਉਹਨਾਂ ਨੇ ਹਰ ਕੰਮ ਸਫਲ ਦੇ ਨਾਲ ਖਾਣਾ ਮੇਰੇ ਬਾਬਾ ਦਾ ਸੰਗਤ ਦਾ ਪਾਣੀ ਦਾ ਚਾਹ ਦਾ ਸਾਰਾ ਪ੍ਰਬੰਧ ਆਪਣੇ ਡਿਸਿਪਲਨ 'ਚ ਕਰੀਏ। ਸਾਡੀ ਜਿਹੜਾ ਸਾਡੇ ਨਾ ਲਾਈਫ ਹੈ ਜੀਵਨ ਉਹ ਡਿਸਿਪਲਨ ਦੇ ਵਿੱਚ ਕਹਿ ਅਨੁਸ਼ਾਸਨ ਦੇ ਵਿੱਚ ਨਾ ਹੋ ਕਰਕੇ ਬਿਮਾਰ ਹੈ, ਅਨੁਸ਼ਾਸਨ ਦੇ ਵਿੱਚ ਜੀਵਨ ਨੂੰ ਲਿਆਓ, ਬਿਮਾਰੀ ਨੂੰ ਰਾਹਤ। ਜਿਹੜੇ ਕੈਂਸਰ ਦੀ ਬਿਮਾਰੀ ਹੈ, ਕੈਂਸਰ ਕਿਉਂ ਹੁੰਦਾ ਸਰ, ਸੈੱਲਾਂ ਦੇ ਬੋਡੀ ਜਿਹੜੇ ਸੈੱਲਾਂ ਦੇ ਬੜੇ ਸੈੱਲ ਨੇ ਉਹ ਡਿਸਿਪਲਨ ਦੇ ਵਿੱਚ ਰਹਿੰਦੇ ਨੇ, ਪਤਾ ਬੰਦਾ ਠੀਕ ਹੈ, ਜਦੋਂ ਡਿਸਿਪਲਨ ਤੋੜਦੇ ਨੇ ਉਹ ਕੈਂਸਰ ਬਣ ਜਾਂਦਾ। ਕੈਂਸਰ ਹੁਣ ਕੀ ਹੈ, ਡਿਸਿਪਲਨ ਤੋੜਦੇ ਨੇ, ਅੱਜ ਅਸੀਂ ਉੱਠ ਕੇ ਚਲੇ ਜਾਂਦੇ ਹਾਂ, ਬੈਠਣ ਦਾ ਸਾਨੂੰ ਵੇਖ ਭੁੱਖੇ ਲੱਗੇ ਹੋਏ ਰਹਿੰਦੇ, ਬੈਠ ਜਾਓ ਦੱਸ ਮਿੰਟ, ਨਹੀਂ ਡਿਸਿਪਲਨ ਤੋੜਨਾ, ਤੁਹਾਡੇ ਬਿਮਾਰ ਰਹਿਣਾ ਹੀ ਰਹਿਣਾ, ਕੋਈ ਤੁਹਾਨੂੰ ਬਿਮਾਰੀ ਖਤਮ ਨਹੀਂ ਕਰ ਸਕਦਾ, ਡਿਸਿਪਲਨ ਦੇ ਵਿੱਚ ਆਉਣਾ ਪਊਗਾ ਜੇ ਅਸੀਂ ਆਪਣਾ ਜੀਵਨ ਨੂੰ ਵਧੀਆ ਜਿਉਣਾ ਚਾਹੁੰਦੇ ਹਾਂ। ਸਰ ਤੁਹਾਡਾ ਬਹੁਤ ਧੰਨਵਾਦ, ਡਾਕਟਰ ਸਾਹਿਬ ਦਾ ਜਿਹੜੇ ਆਪਣਾ ਟਾਈਮ ਕੱਢ ਕੇ ਆਏ ਨੇ, ਡਾਕਟਰ ਸਾਹਿਬ ਸਾਰਾ ਦੇਖ ਕੇ ਜਾਣਗੇ, ਜਲਦਬਾਜ਼ੀ